ترجمة
ਕਿਉਂਕਿ ਮਹਾਰਾਜ ਨੂੰ ਕਦੇ ਉਹਨੇ ਦੇਖਿਆ ਨਹੀਂ ਸੀ।
ਗੁਰ ਸੱਚੇ ਪਾਤਸ਼ਾਹ ਦੀ ਭਾਵਨਾ ਦੇਖ ਕੇ ਪਾਇਆ। ਤੁਹਾਡੀ ਬਹੁਤ ਉਸਤਤ ਸੁਣੀ ਹੈ ਤੇ ਤੁਸੀਂ ਜਨਾਂ ਤੇ ਵੀ ਦੁੱਧ ਜਾਂਦੇ ਹੋ, ਕਿਰਪਾ ਹੋ ਜਾਂਦੀ ਹੈ ਉਹਨਾਂ ਕੋਲ, ਤੁਸੀਂ ਜਨਮ ਮਰਨ ਤੋਂ ਮੁਕਤ ਕਰਾ ਦੇ, ਕਿਰਪਾ ਕਰੋ। ਬੇਨਤੀ ਵੀ ਤੇ ਅਸੀਸ ਰਹਿਮਤ ਕਰੋ ਤੇ ਜਨਾਂ ਚ ਜੀਵਨ ਦੇ ਵਿੱਚ ਰਵਾਂ, ਮੇਰੀ ਰਸ਼ਨਾ ਤੇ ਤੁਹਾਡਾ ਨਾਮ ਨਹੀਂ ਹੀ ਆਵੇ, ਤੁਹਾਡੇ ਹੀ ਹੁਕਮ ਦੇ ਵਿੱਚ ਰਵਾਂ। ਕਿਰਪਾ ਦਾ ਭਾਵ ਹੈ ਆਪਾਂ ਸ਼ਬਦ ਪੜ੍ਹਨੇ ਆ ਜੀ ਅਰੇ ਉਹਦਾ ਨਾਮ ਦਾ ਅਵਰ ਜੇ ਕਰਨ ਕਰਾ ਦੋ ਤਿੰਨ ਮੈਂ ਕੋ ਕਰੇ ਜਾਵਾਂ ਤਾਂ ਬਾਲਕ ਨੇ ਇਸ ਸ਼ਬਦ ਵਿੱਚ ਸਾਨੂੰ ਇਹ ਸੁਧਾਰ ਦੇ ਤੇ ਸਮਝਾਇਆ ਹੈ ਕਿ ਪਿਆਰਿਆ ਕਿਨ ਕਿਨ ਪਰਮਾਤਮਾ ਦਾ ਨਾਮ ਹੋਇਆ ਕਰ, ਪਰਮਾਤਮਾ ਦੀ ਭਗਤੀ ਕਰਿਆ ਜਿੱਥੇ ਤੁਹਾਡਾ ਕੋਈ ਸਹਾਈ ਨਹੀਂ ਹੋਵੇਗਾ ਨਾ, ਉੱਥੇ ਜੋ ਤੂੰ ਪਰਮਾਤਮਾ ਦਾ ਨਾਮ ਜਪਿਆ ਹੋਵੇਗਾ ਉਹ ਤੇਰੇ ਨਾਲ ਚੱਲ ਰਿਹਾ। ਇੱਥੇ ਵੀ ਲੋਕ ਦੇ ਵਿੱਚ ਵੀ ਲੋਕ ਪ੍ਰਲੋਕ ਦੇ ਵਿੱਚ ਵੀ ਇੱਕ ਨਾਮ ਸਹਾਈ ਸੋ ਗੁਰੂ ਮਾਲਕ ਕਿਰਪਾ ਕਰਨ ਤੇ ਅਸੀਂ ਇਸ ਗੁਰੂ ਦਾ ਮੱਧ ਕਮਦੇ ਹਾਂ। ਇੱਕੋ ਹੀ ਮਨ ਦੇ ਵਿੱਚ ਆਸ ਰੱਖਿਆ ਕਰ, ਦਿਨ ਦੇ ਵੱਧ ਤੋਂ ਵੱਧ ਹੋ ਸਕੇ ਵੀ ਗੁਰੂ ਦੇ ਨਾਮ ਨੂੰ ਜਪ ਕੇ ਕਮਨਾ ਹੈ। ਸੋ ਆਓ ਸਾਰੀ ਨਿਆਮਤ ਗੁਰੂ ਦੀਆਂ ਖੁਸ਼ੀਆਂ ਲਈ ਗੁਰੂ ਦੇ ਨਾਮ ਨੂੰ ਜਪੀਏ ਆਹ ਹੋਣਾ ਦੇ ਨਾਮ।